ਬਿਲਡਿੰਗ ਦੇ ਵਿੱਚ ਜਿਹੜੇ ਕੰਪਿਊਟਰ ਰੱਖਿਆ ਗਿਆ ਪਹਿਲਾਂ ਇਹ ਇੱਕ ਕਹਿੰਦੇ ਸੀਗੇ, ਹੁਣ ਅਲੱਗ ਅਲੱਗ ਦੱਸਦੇ ਸੀ। ਅਸੀਂ ਉਹ ਚੈੱਕ ਕਰਨੇ ਨੇ ਵੀ ਉਹ ਅਲੱਗ ਹੀ ਨੇ ਜਾਂ ਇੱਕੋ ਹੀ ਹੈ। ਉਹਦੇ ਆਧਾਰ ਦੇ ਉੱਤੇ ਅਸੀਂ ਰਿਮਾਂਡ ਲਿਆ, ਕਿਉਂਕਿ ਪਹਿਲਾਂ ਇਹਨਾਂ ਨੇ ਦੱਸਿਆ ਸੀਗਾ ਵੀ ਇੱਕੋ ਹੀ ਕੰਪਿਊਟਰ ਇੱਕੋ ਹੀ ਬਿਲਡਿੰਗ 'ਚ ਲਗਾਇਆ, ਪਰ ਹੁਣ ਦੱਸਿਆ ਵੀ ਅਲੱਗ ਅਲੱਗ ਕੰਪਿਊਟਰ ਨੇ। ਇੱਕ ਦੂਸਰਾ ਕੋਈ ਕਈ ਜਗ੍ਹਾਵਾਂ 'ਤੇ ਅਸੀਂ ਰੇਡ ਕਰਨੇ, ਜੋ ਇਹਨਾਂ ਨੂੰ ਕੋਨਫੀਡੈਂਸ਼ੀਅਲ ਜਗ੍ਹਾਵਾਂ ਪਤਾ ਗਈਆਂ, ਉਸ ਗਰਾਊਂਡ ਦੇ ਉੱਤੇ ਅਸੀਂ ਸਾਨੂੰ 30 ਤਰੀਕ ਤੱਕ ਦਾ ਰਿਮਾਂਡ ਦਿੱਤਾ। 30 ਤਰੀਕ ਤੱਕ ਰਿਮਾਂਡ ਦਿੱਤਾ ਜੀ, ਬਾਕੀ ਕਾਰਵਾਈ ਤਾਂ ਹੁਣ 30 ਨੂੰ ਦੇਖਾਂਗੇ ਕੀ ਕਰਦੇ ਆ। ਕੁਝ ਨਹੀਂ ਜੀ, ਉਹ ਕਹਿੰਦੇ ਰਿਕਵਰੀਆਂ ਕਰਾਉਣੀਆਂ, ਹੋਰ ਕਰਾਉਣੀਆਂ, ਜਿਹੜੀ ਪਹਿਲਾਂ ਪੁਲੀਸ ਸੀ ਉਹੀ ਹੁਣ ਪੁਲੀਸ ਆ। ਤੁਹਾਡਾ ਕੀ ਕਰਕੇ ਗਿਆ ਜੀ? ਅਸੀਂ ਤਾਂ ਕਹਿੰਦੇ ਇਹਨਾਂ ਤੋਂ ਕਰਾਉਣਾ ਕੀ ਅੰਦਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜਿਹੜਾ D5 ਚੈਨਲ ਨਾ, ਬਠਿੰਡਾ ਦੇ ਵਿੱਚ ਇਸ ਟਾਈਮ ਜਿਹੜੀ ਅਹਿਮ ਖਬਰ ਹੈਗੀ ਹੈ, ਮਨਪ੍ਰੀਤ ਸਿੰਘ ਬਾਦਲ ਦੇ ਪਲਾਟ ਮਾਮਲੇ ਦੇ ਵਿੱਚ 3 ਮੁਜਰਮ ਜਿਹੜੇ ਬਿਜ਼ਨਸ ਇਸ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਚੁੱਕੀ ਹੈ, ਅੱਜ ਉਹਨਾਂ ਨੂੰ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ, ਜਿੱਥੇ ਉਹਨਾਂ ਦਾ ਅਦਾਲਤ ਨੇ ਦੁਬਾਰਾ ਫਿਰ ਜਿਹੜਾ 2 ਦਿਨਾਂ ਦਾ ਪੁਲਿਸ ਰਿਮਾਂਡ ਹੈ ਬਿਜ਼ਨਸ ਨੂੰ ਦੇ ਦਿੱਤਾ ਗਿਆ ਹੈਗਾ। ਇਸ ਮਾਮਲੇ ਦੇ ਵਿੱਚ ਬਿਜ਼ਨਸ ਨੇ ਕਾਫੀ ਸਾਰੇ ਜਿਹੜੇ ਅਦਾਲਤ ਦੇ ਵਿੱਚ ਦਾਅਵੇ ਕੀਤੇ ਹੈਗੇ ਹੈ ਕਿ ਉਹਨਾਂ ਨੂੰ ਕਾਫੀ ਰਿਕਵਰੀ ਕਰਾਉਣੀ ਹੈਗੀ ਹੈ, ਕਾਫੀ ਅਹਿਮ ਸਾਰੀਆਂ ਜਿਹੜੀਆਂ ਪੁੱਛਗਿੱਛ ਹੈਗੀਆਂ ਖੁਲਾਸੇ ਕਰਾਉਣੇ ਹੈਗੇ ਹੈ। ਸਾਡੇ ਨਾਲ DSP ਬਿਜ਼ਨਸ ਕੁਲਵੰਤ ਸਿੰਘ ਮੌਜੂਦ ਹੈ, ਡਿਪਟੀ ਸਾਹਿਬ ਅੱਜ ਉਹਨਾਂ ਦੁਬਾਰਾ ਪੇਸ਼ ਕੀਤਾ ਹੈਗਾ, ਕੀ ਤੁਹਾਡਾ ਤਰਕ ਸੀਗਾ, ਕਿੰਨਾ ਰਿਮਾਂਡ ਮਿਲਿਆ? ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਕੰਪਿਊਟਰ ਅਸੀਂ ਵੱਖਰੀ ਵੱਖਰੀ ਜਗ੍ਹਾ 'ਤੇ ਰੱਖੇ ਹੈਗੇ, ਬਟ ਹੈ ਇੱਕੋ ਬਿਲਡਿੰਗ ਦੇ ਵਿੱਚ। ਤਾਂ ਉਹ ਬਿਲਡਿੰਗ ਦੇ ਵਿੱਚ ਜਿਹੜੇ ਕੰਪਿਊਟਰ ਰੱਖਿਆ ਗਿਆ ਪਹਿਲਾਂ ਇਹ ਇੱਕ ਕਹਿੰਦੇ ਸੀਗੇ, ਹੁਣ ਅਲੱਗ ਅਲੱਗ ਦੱਸਦੇ ਸੀ। ਅਸੀਂ ਉਹ ਚੈੱਕ ਕਰਨੇ ਨੇ ਵੀ ਉਹ ਅਲੱਗ ਹੀ ਨੇ ਜਾਂ ਇੱਕੋ ਹੀ ਹੈ। ਉਹਦੇ ਆਧਾਰ ਦੇ ਉੱਤੇ ਅਸੀਂ ਰਿਮਾਂਡ ਲਿਆ, ਕਿਉਂਕਿ ਪਹਿਲਾਂ ਇਹਨਾਂ ਨੇ ਦੱਸਿਆ ਸੀਗਾ ਵੀ ਇੱਕੋ ਹੀ ਕੰਪਿਊਟਰ ਇੱਕੋ ਹੀ ਬਿਲਡਿੰਗ 'ਚ ਲਗਾਇਆ, ਪਰ ਹੁਣ ਦੱਸਿਆ ਵੀ ਅਲੱਗ ਅਲੱਗ ਕੰਪਿਊਟਰ ਨੇ। ਇੱਕ ਦੂਸਰਾ ਕੋਈ ਕਈ ਜਗ੍ਹਾਵਾਂ 'ਤੇ ਅਸੀਂ ਰੇਡ ਕਰਨੇ, ਜੋ ਇਹਨਾਂ ਨੂੰ ਕੋਨਫੀਡੈਂਸ਼ੀਅਲ ਜਗ੍ਹਾਵਾਂ ਪਤਾ ਗਈਆਂ, ਉਸ ਗਰਾਊਂਡ ਦੇ ਉੱਤੇ ਅਸੀਂ ਸਾਨੂੰ 30 ਤਰੀਕ ਤੱਕ ਦਾ ਰਿਮਾਂਡ ਮਿਲਿਆ। ਇਸ ਮਾਮਲੇ ਦੇ ਵਿੱਚ ਜਿਹੜਾ 24 ਘੰਟਿਆਂ ਦੇ ਵਿੱਚ ਜੀ ਪਰਚਾ ਦਰਜ ਹੋਣ ਤੋਂ ਬਾਅਦ 3 ਜਿਹੜੇ ਮੁਜਰਮ ਸੀਗੇ ਫੜ ਲਏ ਗਏ, ਲੇਕਿਨ 3 ਜਿਹੜੇ ਇਸ ਮਾਮਲੇ ਦੇ ਵਿੱਚ ਹੋਰ ਜਿਹੜੇ ਨਾਮ ਹੈਗੇ, ਜਿਹਨਾਂ 'ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਹੈ, 2 BDA ਦੇ ਅਧਿਕਾਰੀ ਹੈਗੇ ਹੈ, ਉਹਨਾਂ ਦੇ ਬਾਰੇ ਕੀ ਸਟੇਟਸ ਹੈਗਾ ਜੀ? ਕਿ ਉਹਨਾਂ ਨੂੰ ਛਾਪੇਮਾਰੀ ਕੀਤੀ ਜਾ ਰਹੀ ਹੈਗੀ ਹੈ, ਕੁਛ ਉਹਨਾਂ ਦਾ ਪਤਾ ਲੱਗਿਆ? ਉਹਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਕੁਛ ਚੀਜ਼ਾਂ ਜਿਹੜੀਆਂ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਕੰਪਲੀਟ ਕਰਨੀਆਂ। ਪਹਿਲਾਂ ਇਹਨਾਂ ਨੂੰ ਪੇਸ਼ ਕਰਨਾ ਹੁੰਦਾ, ਇਹਨਾਂ ਦੀ ਪੁੱਛਗਿੱਛ ਹੁੰਦੀ ਹੈ, ਉਹ ਸਾਰੀ ਪਹਿਲਾਂ ਜਿਹੜੇ ਮੁਲਜ਼ਮ ਸਾਡੀ ਕਸਟਡੀ 'ਚ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਨਾਲ ਨਾਲ ਪੈਰਲਲ ਚੱਲ ਰਹੀ ਹੈਗੀ। ਇਸ ਕਰਕੇ ਕਈ ਜਗ੍ਹਾ 'ਤੇ ਅਸੀਂ ਰੇਡ ਵੀ ਕੀਤੇ ਨੇ, ਰਾਜਸਥਾਨ 'ਚ ਵੀ ਕੀਤੇ ਨੇ ਸਾਡੀ ਟੀਮ ਨੇ, ਔਰ ਬਾਦਲ ਪਿੰਡ ਵੀ ਕੀਤਾ ਹੈਗਾ। ਜੇ ਜਿਹੜੇ ਮੇਰੇ ਮੁਲਜ਼ਮ ਨੇ ਉਹਨਾਂ ਨੂੰ ਫੜਨ ਵਾਸਤੇ ਅਸੀਂ ਕਈ ਜਗ੍ਹਾ 'ਤੇ ਰੇਡ ਕਰ ਰਹੇ ਹਾਂ। ਇਸ ਮਾਮਲੇ ਦੇ ਵਿੱਚ ਕਈ ਵੀ ਚਰਚਾਵਾਂ ਸੁਣਾਈ ਦੇ ਰਹੀਆਂ ਹੈਗੀਆਂ ਕਿ ਜਿਹੜਾ ਕਿ ਕੇਸ ਆ ਤੁਸੀਂ ਬਿਜ਼ਨਸ ਨੇ FIR ਉੱਪਰ ਰੱਖੀ ਹੋਈ ਹੈ, ਕਿ ਉਸ ਦੇ ਵਿੱਚ ਹੋਰ ਵੀ ਕਿਸੇ ਮੁਲਜ਼ਮਾਂ ਦਾ ਸ਼ਾਮਲ ਕੀਤਾ ਜਾ ਸਕਦਾ ਹੈ, ਕੋਈ ਸੰਭਾਵਨਾ ਹੈ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਨੂੰ ਵੀ ਪੁੱਛਗਿੱਛ ਲਈ ਇਸ ਮਾਮਲੇ 'ਚ ਬੁਲਾਇਆ ਜਾ ਰਿਹਾ ਹੋਵੇ, ਕਿਸੇ ਦੀ ਤਫਤੀਸ਼ ਦੇ ਵਿੱਚ ਕੋਈ ਭੂਮਿਕਾ ਸਾਹਮਣੇ ਆਈ ਹੋਵੇ? ਇਹ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈ। ਪਹਿਲਾਂ ਅਸੀਂ ਕੁਛ ਹੱਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਕਰ ਚੁੱਕੇ ਹਾਂਗੇ, ਕਿਉਂਕਿ ਇਨਵੈਸਟੀਗੇਸ਼ਨ ਦੇ ਵਿੱਚ ਦੋਸ਼ੀਆਂ ਦੀ ਪੁੱਛਗਿੱਛ 'ਤੇ ਕਈ ਚੀਜ਼ਾਂ ਦੇ ਖੁਲਾਸੇ ਹੁੰਦੇ ਆ, ਉਹਦੇ ਆਧਾਰ ਦੇ ਉੱਤੇ ਕੁਛ ਬੰਦਿਆਂ ਨੂੰ ਅਸੀਂ ਕਾਲ ਕਰਾਂਗੇ, ਫਿਰ ਅੱਗੇ ਉਹਨਾਂ ਤੋਂ ਜਿਵੇਂ ਕੁਛ ਚੱਲੂਗਾ ਉਸ ਹਿਸਾਬ ਨਾਲ ਦੇਖਾਂਗੇ। ਠੀਕ, ਇਹ ਸਨ DSP ਕੁਲਵੰਤ ਸਿੰਘ ਜੀ, ਖੁਲਾਸਾ ਕੀਤਾ 30 ਤਰੀਕ ਤੱਕ ਰਿਮਾਂਡ ਦਿੱਤਾ ਜੀ, ਬਾਕੀ ਕਾਰਵਾਈ ਤਾਂ ਹੁਣ 30 ਨੂੰ ਦੇਖਾਂਗੇ ਕੀ ਕਰਦੇ ਆ। ਕੁਝ ਨਹੀਂ ਜੀ, ਉਹ ਕਹਿੰਦੇ ਰਿਕਵਰੀਆਂ ਕਰਾਉਣੀਆਂ, ਹੋਰ ਕਰਾਉਣੀਆਂ, ਜਿਹੜੀ ਪਹਿਲਾਂ ਪੁਲੀਸ ਸੀ ਉਹੀ ਹੁਣ ਪੁਲੀਸ ਆ। ਤੁਹਾਡਾ ਕੀ ਕਰਕੇ ਗਿਆ ਜੀ? ਅਸੀਂ ਤਾਂ ਕਹਿੰਦੇ ਇਹਨਾਂ ਤੋਂ ਕਰਾਉਣਾ ਕੀ ਅੰਦਰ ਰੱਖ ਕੇ ਜੀ, ਉਹ ਹਜੇ ਪਤਾ ਨਹੀਂ ਜੀ, ਇਹਨਾਂ ਦਾ ਕੁਛ ਹੋਊਗਾ ਤਾਂ ਫਿਰ ਦੇਖਦੇ ਹਾਂ ਕਿੱਥੇ ਰਾਉਣੀ, ਇੱਥੇ ਕਿ ਹਾਈਕੋਰਟ 'ਚ, ਦੈਟ ਵੀ ਵਿਲ ਸੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ,
D5 चैनल पंजाबी दी कचहरी च होवेगी सिर्फ लोकां दी गल। धर्म धरोहर सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।